जिहड़ी मैं हुणी रोक बैठे है, तुसीं इधर देखो इधरले पासे, इत्थों तकरीबन 15-20 पिंड इस साइड पासे है, 15-20 पिंडां च कंप्लीटली कट ऑफ है। इहदे बाद इधरले पासे वाले पिंड सारे डुब गए, घर डुब गए है, लोकी छत्तां ते बैठे है, पीण वाले पानी की लोड़ है। ਹੁਣੀ ਮੈਨੂੰ ਦੱਸ ਰਹੇ ਸੀ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ, ਖਾਣਾ ਕੋਈ ਖਾਣਾ ਰੋਟੀ, ਅਸੀਂ ਲੰਗਰ ਦੀ ਸੇਵਾ ਲੰਗਰ ਸ਼ੁਰੂ ਕੀਤਾ ਇੱਥੇ, ਕੋਈ ਤਲਵਾ ਆਪਾਂ ਨੂੰ ਟੈਂਟ ਦੀ ਲੋੜ ਹੈ ਕਿਸੇ ਨੂੰ। ਹੁਣ ਅੱਜ ਰਾਤ ਨੂੰ ਲੋਕੀ ਲੇਡੀਜ਼ ਸਾਰੇ ਲੋਕ ਇੱਥੇ ਸੜਕ 'ਤੇ ਪਏ ਆ। ਹੁਣ ਸਰਕਾਰ ਦਾ ਕੰਮ ਘੱਟ ਤੋਂ ਘੱਟ ਤੰਬੂ ਲਿਆਉਣੇ ਚਾਹੀਦੇ ਆ, ਤੰਬੂ ਲਾਉਣ ਇੱਥੇ 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 ਆਪਣਾ ਤੂੜੀ ਚਾਰਾ ਪਾਣੀ ਆ ਸਾਰਾ ਦੇਖੋ ਆ ਲੋਕ ਆ ਦੇਖ ਤੁਹਾਡੇ ਬੋਰਡ ਤੇ ਆ ਰਹੇ ਹੈ ਹੈਂ ਆ ਸਾਰੇ ਪਿੰਡ ਦੇ ਲੋਕੀ ਆ ਰਹੇ ਹੈ। ਤਾਂ ਇੱਕ ਹੋਰ ਗੱਲ ਹੈ, ਵੱਡੀ ਗੱਲ ਹੈ, ਤੁਸੀਂ ਦੇਖ ਲਓ ਇੱਥੇ ਘੱਟ ਤੋਂ ਘੱਟ 10,000 ਆਬਾਦੀ ਹੋਣੀ ਹੈ ਇਸ ਇਲਾਕੇ 'ਚ, 10,000 ਇਕੱਲੇ ਕਿੰਨੇ, ਇੱਕ ਜਾਂ ਦੋ ਵੋਟ ਹੈ, ਇੱਕੋ ਹੀ ਵੋਟ ਹੈ, ਇੱਕ ਖਰਾਬ ਇੱਕ ਵੋਟ 10,000 ਆਬਾਦੀ ਨੂੰ ਕਿਵੇਂ ਬਚਾ ਸਕੂਗੀ? ਇਹ ਹਿਸਾਬ ਨਾਲ ਹੋ ਕੀ ਰਿਹਾ, ਸਰਕਾਰ ਨੂੰ ਡਰਾਮਾ ਨਹੀਂ ਕਰਨਾ ਚਾਹੀਦਾ, ਦਿਲ ਨਾ ਲੱਗੇ। ਇੱਕ ਦੀ ਜਗ੍ਹਾ ਘੱਟ ਤੋਂ ਘੱਟ 50 ਵੋਟਸ ਹੋਣੀ ਚਾਹੀਦੀ, ਇੱਥੇ ਆਰਮੀ ਬੁਲਾ ਲਓ ਤੁਸੀਂ, ਪੰਜਾਬ ਪੁਲਿਸ ਦੀ ਜਵਾਨ ਭੇਜੋ ਇੱਥੇ, ਤੁਸੀਂ ਇੱਥੇ NDRF ਦੇ ਜਵਾਨ ਮੰਗਾ ਲਓ, ਉਹ ਤਾਂ ਉਹਨਾਂ ਦਾ ਕੰਮ ਹੀ ਹੈ, ਸਪੈਸ਼ਲ ਵੋਟਸ ਮੰਗਾ ਲਓ। ਪਰ ਨਹੀਂ, ਇਹਨਾਂ ਨੇ ਬਸ ਡਰਾਮਾ ਕਰਨਾ, ਇੱਕ ਵੋਟ ਛੱਡਤੀ, ਇੱਕ ਵੋਟ ਨਾਲ ਤਾਂ ਐਵੇਂ ਡਰਾਮਾ ਚੱਲ ਰਿਹਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ TV, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਾਨ 'ਤੇ ਕਲਿੱਕ ਕਰੋ।